ਹਾਂਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਕਿਵੇਂ ਸਾਰੇ? ਠੀਕ ਠਾਕ, ਵਧੀਆ ਕਰਦੇ ਛੋਟੇ ਜਿਹੇ ਵਲੋਗ ਦੀ ਸ਼ੁਰੂਆਤ। ਅਤੇ ਮੈਂ ਜਾ ਰਿਹਾ ਉੱਥੇ ਘਰ ਪੁਰਾਣੇ, ਅਤੇ ਮੰਮੀ ਹੋਣਾ ਫੋਨ ਕੀਤਾ ਅਤੇ ਦੇਖਦੇ ਹਾਂ ਨਾਲੇ ਅਤੇ ਨਾਲੇ ਕਹਿੰਦੇ ਕਹਿੰਦੇ ਮੈਂ ਵੀ ਜਾਣਾ। ਮੈਂ ਕਿਹਾ ਚਲੋ ਹੋਣੇ 5-10 ਮਿੰਟ ਕਰੋ, ਨਾਲੇ ਮੰਮੀ ਹੋਣਾ ਮਿਲ ਲੈਂਦੇ ਹਾਂ। ਅਤੇ ਬਾਕੀ ਆਹ ਕੂਲਰ ਆ, ਕੂਲਰ ਦਾ ਜਿਹੜਾ ਮਤਲਬ ਜਾਲੀਆਂ ਜੀਆਂ ਨਾ, ਇਹ ਵੀ ਲਿਆਉਣ ਵਾਲੀਆਂ ਪਈਆਂ। ਕੂਲਰ ਦੀਆਂ ਜਾਲੀਆਂ ਜੀ ਵੀ ਮੈਂ ਕਿਹਾ ਸ਼ੀਸ਼ੇ ਵਾਲੇ ਨੂੰ ਅੱਜ ਫੋਨ ਕਰਤਾ, ਸ਼ੀਸ਼ੇ ਵਾਲਾ ਅੱਜ ਵੀਰ ਸ਼ੀਸ਼ੇ ਵਾਲੇ ਨੇ ਆ ਜਾਣਾ, ਕਿੱਦਾਂ ਫਿਟਿੰਗ ਫੁਟਿੰਗ ਕਰ ਦਾਂਗਾ ਆਣ ਕੇ। ਬਾਕੀ ਤਾਂ ਸ਼ੀਸ਼ਾ ਫਿੱਟ ਫੁੱਟ ਆ ਵੀ ਕਰ ਲਈਦਾ ਵਾ, ਚਲੋ ਇਹ ਵਾ ਕਿ ਜੇ ਉਹ ਫਿੱਟ ਕਰਨ ਤਾਂ ਉਹਨਾਂ ਟੁੱਟ ਭੱਜ ਜਿਹੜੀ ਹੁੰਦੀ ਉਹਨਾਂ ਦੀ ਹੁੰਦੀ ਸਾਰੀ, ਜੇ ਮੰਨ ਲਾ ਕਿਤੇ ਲਾਉਂਦੇ ਹਾਂ ਅਵਲ ਤਾਂ ਆਪ ਆਪਾਂ ਲਾ ਹੀ ਲੈਂਦੇ ਤਕਰੀਬਨ। ਅਤੇ ਪਰ ਇਹ ਵਾ ਕਿ ਕੇਬਲੇ ਲਾਉਂਦੇ ਹਾਂ ਕਿਤੇ ਕਰੈਕ ਆ ਜਾਏ ਹੈ ਨਾ, ਸ਼ੀਸ਼ਾ ਕੱਸ ਵਿੱਚ ਲੱਗ ਜਾਏ, ਫਿਰ ਉਸ ਹਿਸਾਬ ਨਾਲ ਉਹਨਾਂ ਦੀ ਫਿਰ ਉਹ ਆਪਣੇ ਕੋਲੋਂ ਹੀ ਮਤਲਬ ਚੇਂਜ ਕਰਕੇ ਜਾਂਦੇ ਨੇ, ਜੇ ਉਹਨਾਂ ਕੋਲ ਲਾਉਂਦੇ ਟੁੱਟ ਜਾਏ ਤਾਂ, ਜੇ ਸਾਡੇ ਕੋਲ ਟੁੱਟ ਜਾਏ ਫਿਰ ਸਾਨੂੰ ਮਤਲਬ ਐਕਸਟਰਾ ਪੈਸੇ ਦੇਣੇ ਪੈਂਦੇ, ਜੇ ਉਹਨਾਂ ਕੋਲ ਲਾਉਂਦੇ ਹਾਂ ਟੁੱਟ ਜਾਏ ਤਾਂ ਫਿਰ ਉਹ ਆਪ ਹੀ ਲੈ ਕੇ ਆਉਂਦੇ ਨੇ ਅਤੇ ਆਪ ਚੇਂਜ ਕਰਕੇ ਜਾਂਦੇ ਨੇ। ਇਸ ਤੋਂ ਬਿਹਤਰ ਆਪਾਂ ਉਹਨਾਂ ਕੋਲ ਲਵਾਵਾਂਗੇ, ਅਤੇ ਨਾਲੇ ਤੁਹਾਡਾ ਛੋਟਾ ਮੋਟਾ ਸਮਾਨ ਵੀ ਲੈ ਕੇ ਆਉਣਾ ਥੋੜ੍ਹਾ ਬਹੁਤ। ਅਤੇ ਬਾਕੀ ਕਈ ਵੀਰ ਸਾਨੂੰ ਕਹਿੰਦੇ ਕਿ ਤੁਸੀਂ ਸ਼ੋਪਿੰਗ ਜਿਹੜੇ ਕੱਲ੍ਹ ਵਾਲਾ ਲੋਕ ਜਿਹੜਾ ਪਾਇਆ ਸ਼ੋਪਿੰਗ ਪਹਿਲਾਂ ਨਹੀਂ ਕਰੀ ਤੀ, ਇਹ ਆਪਾਂ ਤਾਂ ਕੀਤੀ ਆਪਾਂ ਫੋਟੋ ਸ਼ੂਟ ਕਰਾਉਣਾ, ਜਿਵੇਂ ਅੱਜ ਕੱਲ੍ਹ ਕਰਾਉਂਦੇ ਆ ਕਈ ਹੈ ਨਾ, ਚਲੋ ਮਨ ਦੇ ਵਿੱਚ ਰੀਝ ਵੀ ਹੁੰਦੀ ਹੈ, ਕਿੱਦਾਂ ਵੀ ਕਹਿਣ ਡੇਗੀ ਕਿ ਮੈਂ ਕਰਾਉਣਾ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਇੱਦਾਂ ਹੀ ਹੈ, ਦੁਨੀਆਂ ਨੇ ਤਾਂ ਬੋਲੀ ਜਾਣਾ, ਆਪਣਾ ਜਿਹੜਾ ਪਰਵਾਹ ਨਹੀਂ ਕਰਨੀ ਚਾਹੀਦੀ ਕਿਸੇ ਦੀ, ਜਿਹੜਾ ਤੁਹਾਨੂੰ ਜਿਹੜਾ ਕੰਮ ਆਪਣਾ ਕਰਦੇ ਰਹਿਣਾ ਚਾਹੀਦਾ। ਜਿਹੜੇ ਨਵੇਂ ਨੇ ਸਾਡੇ ਚੈਨਲ ਕਰੋ ਸਬਸਕ੍ਰਾਈਬ, ਅਤੇ ਆਓ ਫਿਰ ਚੱਲੀਏ, ਫਿਰ ਪਹਿਲਾਂ ਗੱਡੀ ਕੱਢੀਏ ਬਾਹਰ, ਗੱਡੀ ਨੂੰ ਵੀ ਧੋਨੇ ਆਣ ਕੇ, ਹਾਂ ਕਿੱਦਾਂ ਸਕਰੈਚ ਪੈ ਗਿਆ ਅਤੇ ਉਹਨੇ ਲੱਗੀ ਰਹੀ ਬਾਹਰ ਹੀ ਗੱਡੀ ਕਾਫੀ 2-4 ਦਿਨ, ਉਹਦੇ ਚੱਕਰ 'ਚ ਪਤਾ ਨਹੀਂ ਕੀ ਹੋ ਗਿਆ। ਚਲੋ ਕੱਢੀਏ ਬਾਹਰ ਗੱਡੀ। ਆਹ ਬਾਲਟੀ ਵੀ ਦੇਣ ਵਾਲੀ ਗੁਰਦੁਆਰਾ ਸਾਹਿਬ ਦੀ, ਇਹ ਬਾਲਟੀ ਮੈਂ ਕਿਹਾ ਚਲੋ ਇੱਕ ਬਾਲਟੀ ਉਹਨਾਂ ਦਾ ਜੱਗ, ਇੱਕ ਜਿਹੜਾ ਜੱਗ ਸੀ ਨਾ ਉਹ ਜੱਗ ਗਿਆ ਗਵਾਚ, ਅਤੇ ਮੈਂ ਕਿਹਾ ਚਲੋ ਨਵਾਂ ਲੈ ਕੇ ਅਤੇ ਦੇ ਦਿੰਦੇ ਹਾਂ, ਕਿਉਂਕਿ ਜੱਗ ਆਪਣਾ ਥੋੜ੍ਹਾ ਟੈਂਟ ਤੋਂ ਸਮਾਨ ਵੀ ਲਿਆਉਂਦਾ, ਜੇ ਟੈਂਟ ਤੋਂ ਸਮਾਨ ਲਿਆਉਂਦਾ ਸੀ ਤਾਂ ਉਹਦੇ ਨਾਲ ਹੀ ਲੱਗਦਾ ਜੱਗ ਚੱਲ ਗਿਆ, ਉਹਦੇ ਚੱਕਰ 'ਚ ਫਿਰ ਇੱਕ ਜੱਗ ਗੁੰਮ ਹੋ ਗਿਆ। ਮੈਂ ਕਿਹਾ ਚਲੋ ਗੁਰਦੁਆਰਾ ਸਾਹਿਬ ਦਾ ਜੱਗ, ਬਾਲਟੀ ਤਾਂ ਪਈ ਸੀ ਇੱਕ, ਇਹ ਵੀ ਬਾਲਟੀ ਲੈ ਗਿਆ ਸੀ ਕੋਈ, ਅਤੇ ਇਹ ਕੜਛੀ ਗੁੰਮ ਹੋ ਗਈ ਲਾਗੇ ਗੁਆਂਢੀਆਂ ਦੀ, ਉਹ ਵੀ ਦੇ ਆਉਂਦੇ ਆ ਗਏ, ਕਰਦੇ ਗੱਡੀ ਸਾਫ਼। ਸਮਾਨ ਜਿਹੜਾ ਪਹੁੰਚਾਉਣਾ ਸੀ ਪਹੁੰਚਾ ਤਾ ਘਰੇ ਉੱਧਰ, ਅਤੇ ਰਸਤੇ 'ਚ ਥੋੜ੍ਹਾ ਬਹੁਤ ਸਮਾਨ ਲੈਣਾ ਵਗੈਰਾ, ਥੋੜ੍ਹਾ ਬਹੁਤ ਸਮਾਨ ਲੈ ਕੇ ਜਾਲੀਆਂ, ਉਸ ਵਿੱਚ ਕੂਲਰ ਦੀਆਂ ਜਾਲੀਆਂ ਵੀ ਲੈਣੀਆਂ ਚੇਤਾ ਆ ਕੇ, ਕੂਲਰ ਦੀਆਂ ਜਾਲੀਆਂ ਲੈਣੀਆਂ, ਅਤੇ ਨਾਲੇ ਸ਼ੀਸ਼ੇ ਵਾਲਾ ਵੀਰ ਆ ਰਿਹਾ, ਸ਼ੀਸ਼ੇ ਵਾਲਾ ਵੀਰ ਆ ਰਿਹਾ, ਨਾਲ ਅਸੀਂ ਪਰਚੀ ਤਿਆਰ ਕੀਤੀ ਸੌਦੇ ਦੀ, ਸਾ ਸੌਦਾ ਵੀ ਕੱਢਣਾ, ਸੌਦੇ ਨਹੀਂ ਮਾਣ ਨਹੀਂ, ਚਲੋ ਕਿਉਂ ਵੀ ਚਲੋ। ਪਾਪਾ ਜੀ, ਹੋਰ ਪਾਪਾ ਜੀ ਠੀਕ ਠਾਕ ਚੱਲਦਾ? ਠੀਕ ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ? ਬੜੀ ਪੀਲੀ ਬੱਧੀ ਆ ਜਾਓ ਮਾਨ ਸਾਹਿਬ ਵਾਲੀ ਬੰਨੀ ਪੱਗ ਅੱਜ। ਚਲੋ ਵੀ ਹੋ ਗਈ ਸ਼ੋਪਿੰਗ, ਲੈ ਲਿਆ ਸੌਦਾ ਸੌਦਾ, ਚੱਲੀਏ ਫਿਰ। ਇਹ ਜੀ ਇਹ ਵੀ ਜੀ ਕੀ ਉਹ ਕੱਢ ਦੋਗੇ ਫਿਰ? ਵੀ ਆਹ ਪੈਨਸਲਾਂ ਲਈਆਂ ਆਪਾਂ ਲੱਕੜ ਦੇ ਕੰਮ ਵਾਸਤੇ, ਆਪਣਾ ਜ਼ਰੂਰੀ ਛੋਟਾ ਮੋਟਾ ਸਮਾਨ ਪਹੁੰਚ ਗਿਆ ਉੱਥੇ ਆਪਣਾ। ਕੀ ਨਾਂ ਇਹਦਾ, ਕੀ ਨਾਂ ਦੱਸਿਆ? ਬ੍ਰਹਮੀ ਬ੍ਰਹਮੀ ਬਦਾਮ, ਬ੍ਰਹਮੀ ਬਦਾਮ, ਇਹ ਕਹਿੰਦੇ ਠੰਡਾ ਹੁੰਦਾ ਵੈਸੇ। ਚਲੋ ਪਾਪਾ ਜੀ ਦੱਸਿਆ, ਜਿਹੜਾ ਜਲ ਤਾਂ ਚਾਰ ਸਵੇਰੇ ਅੱਗ ਲਾ ਕੇ ਧੂੰਏ ਲਾ ਕਹਿੰਦੇ, ਗਰਮੀਆਂ 'ਚ ਅਸੀਂ ਅੱਗ ਬਾਲ ਕੇ ਬਹਿੰਦੇ ਹਾਂ, ਹਾਂਜੀ ਹਾਂਜੀ, ਉਹ ਰੱਜ ਕੇ
ਘੋਟ ਕੇ ਇਹਨੂੰ ਸਵੇਰੇ ਕੁੰਡੇ 'ਚ ਰੱਜ ਕੇ ਅਤੇ ਫਿਰ ਪੀ ਕੇ ਪੈਂਦੇ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਅਤੇ ਬਾਹਰ ਅੱਗ ਬਲਦੀ ਆ ਕਿ ਕੀ ਬਲ। ਚਲੋ ਆਹ ਲੈ ਜਾਂਦੇ ਕਹਿੰਦੇ ਠੰਡਾ ਹੁੰਦਾ ਸ਼ਰਬਤ, ਮੈਂ ਤਾਂ ਆਲੂ ਬਖਾਰਾ ਪੁੱਛਿਆ ਉਹ ਕਹਿੰਦੇ ਨਹੀਂ ਹੈਗਾ। ਚਲੋ ਹਾਂਜੀ ਚੱਲੀ ਕਰਤਾ ਮੈਂ ਹਿਸਾਬ ਉੱਧਰ ਸੌਦਾ ਪੱਤਾ ਲੈ ਲਿਆ ਸਾਰਾ ਹੀ ਅਤੇ ਭਾਪਾ ਜੀ ਦੁਕਾਨ 'ਤੇ ਜ਼ਰੂਰ ਆਇਆ ਕਰੋ ਅਤੇ ਭਾਪਾ ਜੀ ਦਾ ਐਡਰੈਸ ਬਾਬਾ ਜੀ ਦੱਸ ਦਿਓ ਮਾੜਾ ਜਿਹਾ ਐਡਰੈਸ ਦੱਸੋ ਮਾੜਾ ਜਿਹਾ ਐਡਰੈਸ ਸ਼੍ਰੀ ਹਰਿਮੰਦਪੁਰ ਰੋਡ ਉਮਰਪੁਰਾ ਆਪੋਜਿਟ ਸੈਣੀ ਕੂਲਰ। ਇੱਥੇ ਆਇਓ ਇੱਥੇ ਥੋੜ੍ਹਾ ਬਹੁਤ ਬਾਪੂ ਜੀ ਰਿਆਤ ਕਰਨਗੇ ਜ਼ਰੂਰ। ਕਿਸਾਨ ਮਜ਼ਦੂਰ ਏਕਤਾ ਇੱਦਾਂ ਨਾ ਕਿਸਾਨ ਮਜ਼ਦੂਰ ਮਾਰਚ, ਹਾਂ ਕਿਸਾਨ ਮਜ਼ਦੂਰ ਮਾਰਟ ਹੀ ਕਹਿ ਸਕਦੇ ਅਸੀਂ ਹੈ ਨਾ ਮਿਨੀ ਮਾਰਟ। ਚਲੋ ਚਲੋ ਹੁਣ ਉੱਠੀਏ ਚੱਲੀਏ ਹੋਣਗੇ ਪਾਪਾ ਜੀ ਲੈਣ ਦਾ ਡੱਬਾ ਉਹਦੇ 'ਚ ਪਾ ਦਿੰਦੇ ਤੁਹਾਨੂੰ ਸਾਰਾ ਸਮਾਨ। ਉਂਦਰ ਵਾਸਤੇ ਜਾਲੀਆਂ ਜਿਹੜੀਆਂ ਸਾਡਾ ਤੇ ਪੈਂਦੀਆਂ ਇੱਥੋਂ ਲਵਾਂਗੇ। ਘਾਹ ਵੀ ਦੋ ਤਰ੍ਹਾਂ ਦਾ ਇੱਕ ਘਾਹ ਵਾ ਅਤੇ ਘਾਹ ਵਾ ਕਹਿਣ ਡੇ ਪਤਾ ਨਹੀਂ ਘਰੇ ਕੋਈ ਨਹੀਂ ਹੈਗਾ ਮਾਤਾ ਜੀ। ਹਾਂਜੀ ਆਹ ਦੇਖ ਲਓ ਲੈ ਲਿਆ ਆਪਾਂ ਘਾਹ ਇੱਥੋਂ ਕੂਲਰ ਦੀ ਦੁਕਾਨ 'ਤੇ ਖਲੋਤੇ ਹਾਂ ਸਾਹਮਣੇ ਸੌਦਾ ਲਿਆ ਉਹਨਾਂ ਦੁਕਾਨ 'ਤੇ ਦੇਖੋ ਲੈ ਵੀ ਆਪਾਂ ਬੈਠੇ ਹਾਂ ਇੱਥੇ ਕੂਲਰ ਵਾਲਿਆਂ ਕੋਲ ਮੈਂ ਕਿਹਾ ਏਸੀ ਉਸੀ ਦੇਖ ਕੇ ਜਾਂਦੇ ਹਾਂ ਜੇ ਬਣਦੀ ਗੱਲ ਆਪਾਂ ਬੈਠੇ ਇੱਥੇ ਕਿ ਚਲੋ ਏਸੀ ਦਾ ਰੇਟ ਪੁੱਛ ਕੇ ਚੱਲਦੇ ਹਾਂ ਜੇ ਵਾਕਿਆ ਵੀ ਆਪਣੇ ਇਹਨਾਂ ਨੂੰ ਕੂਲਰ ਕਾਲਾ ਖੜੇ ਸੀ ਆਪਾਂ ਇਹਨਾਂ ਦਾ ਕੰਮ ਬੜਾ ਬਾਪੂ ਜਿੱਥੇ ਸੌਦਾ ਲਿਆ ਉਹਨਾਂ ਦੇ ਸਾਹਮਣੇ ਦੁਕਾਨ ਇਹਨਾਂ ਦੀ ਵਾਕਿਆ ਨੇ ਚੰਗੇ ਨੇ ਬੰਦੇ ਵੀ ਬੜਾ ਸੁਭਾਅ ਨਾਈਸ ਵਾ ਕਹਿੰਦਾ ਚਲੋ ਵੀਰ ਨੂੰ ਉੱਤੇ ਗਏ ਰੋਟੀ ਖਾਣ ਵਾਸਤੇ ਕਹਿੰਦੇ ਤੁਹਾਨੂੰ ਏਸੀ ਦਾ ਦੱਸਦੇ ਹਾਂ ਕੀ ਪ੍ਰੋਗਰਾਮ ਦੇਖ ਲੈਣੇ ਜੇ ਪ੍ਰੋਗਰਾਮ ਬਣਦਾ ਤਾਂ ਫਿਰ ਕਰ ਲਵਾਂਗੇ ਕਿਸ਼ਤਾਂ ਦੇ ਥੋੜ੍ਹਾ ਰੋਕ ਕੇ ਟਾਈਮ ਹੈਂ ਲੈ ਜਾਂਦੇ ਹਾਂ ਇੱਥੇ ਪੁੱਛ ਕੇ ਜਾਂਦੇ ਹਾਂ ਜੇ ਰੇਟ ਸਹੀ ਲੱਗੇਗਾ ਤਾਂ ਫਿਰ ਹਿਸਾਬ ਨਾਲ ਇੱਥੋਂ ਲੈ ਲਵਾਂਗੇ ਹੈ ਨਾ ਪੁੱਛ ਕੇ ਇਸਕੇ ਚੀਜ਼ ਲੈਣੀ ਚਾਹੀਦੀ ਹਰ ਜਗ੍ਹਾ ਵਿਆਹ ਲੈਣ ਵਾਸਤੇ ਆਹੀ ਆਹ ਵਧੀਆ ਚੀਜ਼ ਹੈ ਸਗੋਂ ਲੈ ਚੱਲਦੇ ਹਾਂ ਸਵਾ ਪਾਣੀ ਪੂਣੀ ਪਾ ਕੇ ਬੰਦਾ ਰੱਖ ਛੱਡੇ ਠੰਡਾ ਰਹਿੰਦਾ ਆਹ ਕਿੰਨੇ ਦਾ ਭਾਈ ਆ ਇਹ ਭਾਈ 400 ਉਹ 450 ਇਸ ਤੋਂ ਥੱਲੇ ਆ ਜਾਂਦਾ 350 ਫਿਰ ਇਸ ਤੋਂ ਥੱਲੇ ਆ ਜਾਂਦਾ 300 ਇਹ ਟੱਕਣੇ ਮਿਲੂਗਾ ਨਾਲ ਹਾਂ ਠੀਕ ਹੈ ਲੈ ਵੀ ਆਹ ਵੀਰ ਸਾਰਾ ਰੇਟ ਦਾ ਸਹੀ ਦੱਸਣ ਡਿਆ ਆਹ ਲੈ ਜਾਂਦੇ ਆਹ ਵੀਰ ਕਹਿੰਦਾ ਤਾਂ ਪਿੰਡ 'ਚ ਲੈ ਜਾਣਾ ਵੈਸੇ ਤਾਂ ਇਹਨੂੰ ਰਹਿਣ ਦਿੰਦੇ ਆਪਾਂ ਹੁਣ ਆਹ ਲੈ ਆਹ ਭਾਜੀ ਕਰ ਦਿਓ ਫਿਰ ਆਹ ਦੇ ਦਿਓ ਇੱਧਰ ਕਿਰਨ ਆਪਣਾ ਆਹ ਲੈਣ ਦੀ ਦਿਲ ਕਾਫੀ ਹੋ ਗਿਆ ਹੈ ਵੇਖੋ ਬਾਰਿਸ਼ ਹੋ ਜਾਣੀ ਲੱਗਦੀ ਆਹ ਚੀਜ਼ ਵਧੀਆ ਹੀ ਹੈ ਲੈ ਵੀ ਸਮਾਨ ਤੇ ਆਪਾਂ ਵੈਸੇ ਲੈ ਲਿਆ ਤੇ ਬਾਰਿਸ਼ ਆ ਕਿੱਦਾਂ ਵੇਖੋ ਹੋ ਗਈ ਸ਼ੁਰੂ ਬਾਰਿਸ਼ ਨੇਰ ਖਾਨਾ ਬਹੁਤ ਆਉਣ ਡਿਆ ਹਾਂਜੀ ਚੱਲੀਏ ਚਲੋ ਵੀ ਟਾਈਮ ਕਾਫੀ ਹੋ ਗਿਆ ਵੈਸੇ ਚਲੋ ਮਿਲਦੇ ਮੇਰੇ ਘਰ ਜਾ ਕੇ ਤੁਹਾਨੂੰ ਬਾਰਿਸ਼ ਬਹੁਤ ਜ਼ਿਆਦਾ ਹੁੰਦੀ ਪਈ ਹੈ ਗੁਰਦਾਸਪੁਰ ਰੋਡ ਤੇ ਗੱਡੀ ਆਪਾਂ ਰੋਕਤੀ ਕਿਉਂਕਿ ਬਹੁਤ ਤੇਜ਼ ਗਲੇ ਬਹੁਤ ਵੱਜਣ ਡੇ ਬਹੁਤ ਤੇਜ਼ ਰੋਕਦੀ ਆ ਤੇ ਮੈਂ ਫਿਰ ਚੱਲਦੇ ਆ ਲੈਣ ਗਏ ਸੀ ਦੁੱਧ ਤੇ ਬਾਰਿਸ਼ ਬਹੁਤ ਜ਼ਿਆਦਾ ਆਉਂਦੀ ਪਈ ਹੈ
ਰਸਤੇ ਵਿੱਚ ਹੀ ਠੰਡਾ ਮੌਸਮ ਹੋ ਗਿਆ। ਨਵੇਂ ਪਹੁੰਚ ਗਏ ਘਰ, ਪੇਟੀ ਵੀ ਲਾ ਗਿਆ ਵੀਰ। ਚਲੋ ਬਾਰਿਸ਼ ਤੋਂ ਬਾਹਰ ਕਾਫੀ ਹੋਣ ਡਈ, ਵੇਖੋ ਹੁਣ ਘੱਟ ਗਿਆ ਥੋੜ੍ਹਾ ਕੰਮ, ਪਹਿਲਾਂ ਸਵੇਰੇ ਬਹੁਤ। ਚਲੋ ਜਿੱਦਾਂ ਪਰਮਾਤਮਾ ਖੁਸ਼। ਲਾਈਟ ਬੰਦ, ਚਲੋ ਕੋਈ ਨਹੀਂ, ਚਾਹ ਬਣਾਈ ਆ, ਘੁੱਟ ਘੁੱਟ ਪੀਂਦੇ ਹਾਂ। ਹਨੇਰਾ ਹੀ ਬਹੁਤ ਜ਼ਿਆਦਾ ਵਾ ਅਤੇ ਲੱਭਦਾ ਹੀ ਕੁਛ ਨਹੀਂ ਲਾਈਟ ਤੋਂ ਬਗੈਰ। ਲਓ ਜੀ ਸ਼ੀਸ਼ਾ ਆਪਣਾ ਆ ਗਿਆ ਹੈ, ਸ਼ੀਸ਼ੇ ਲਵਾ ਤੇ ਆ। ਕਾਹ ਪਿਆ ਕਾਹ ਪਿਆ, ਫਿਟਿੰਗ ਕਰਵਾ ਲੈਂਦੇ ਹਾਂ। ਮੈਂ ਵੀ ਸ਼ੀਸ਼ੇ ਲੱਗੇ ਫਿੱਟ ਕਰਨੇ, ਸ਼ੀਸ਼ਾ ਲੈਣ ਦਾ ਉਸਤਾਦ ਨੇ। ਭੁੱਲ ਗਿਆ ਸ਼ੀਸ਼ੇ ਨੂੰ, ਇੱਥੇ ਰੱਖ ਆ ਬਣੀ ਗੱਲ। ਕਾਰੀਗਰ ਬੰਦਾ ਕਾਰੀਗਰ ਹੀ ਹੁੰਦਾ ਨੀ। ਤੇਰੀ ਸਲੈਬ ਪਾ ਦੀ ਕਿਤੇ, ਚੱਲ ਇੱਕ ਸ਼ੀਸ਼ਾ ਕਰਤਾ ਫਿੱਟ, ਵੀ ਲਗਾ ਕਰਨ। ਆਹ ਕੋਰਨ 'ਚ ਲਾ ਗਿਆ ਸ਼ੀਸ਼ੇ, ਆਹ ਮੈਂ ਲੱਗਾ ਲਾਉਣ, ਉੱਪਰ ਦਾ ਫਿੱਟ ਕਰ ਗਿਆ ਵੀਰੋ। ਅਤੇ ਆਹ ਕਟਿੰਗ ਕਰਕੇ, ਇਹ ਥੋੜ੍ਹਾ ਵੱਡਾ ਸੀ, ਉਹ ਚੱਲ ਗਿਆ ਵੀਰ ਨੂੰ ਕੰਮ ਸੀ ਕਿਤੇ, ਜ਼ਰੂਰੀ ਜਾਣਾ ਸੀ, ਉਹ ਚੱਲ ਗਿਆ। ਅਤੇ ਇਹਨੂੰ ਮੈਂ ਆਹ ਕਟਿੰਗ ਕਰਕੇ ਅਤੇ ਆਪ ਲਾ ਦੇਣਾ। ਇਹਦੇ ਫਿਲਹਾਲ ਸਲਾਈਡਿੰਗ ਪੱਲੇ ਆ, ਸਲਾਈਡਿੰਗ ਪੱਲਿਆਂ 'ਚ ਥੋੜ੍ਹਾ ਰੋਕ ਕੇ ਲਾਵਾਂਗੇ, ਕਿਉਂਕਿ ਜੋ ਫਰੇਮ ਫਰੂਮ ਦੀ ਪਲਾਈ ਬੋਰਡ ਵਗੈਰਾ ਆਉਣ ਵਾਲਾ, ਉਹਦੀਆਂ ਚਪਟੀਆਂ ਵੱਢ ਕੇ ਉਹ ਵੀ ਵੱਢ ਦੇਣੀ, ਉਹ ਸਵੇਰੇ ਆਪੇ ਫਿੱਟ ਕਰ ਜੂਗਾ। ਮੈਂ ਕਿਹਾ ਆਹ ਕਰ ਦਿੰਦੇ ਹਾਂ, ਇੱਥੇ ਪਲਾਈ ਬੋਰਡ ਵੱਢਣਾ, ਹੁਣ ਮੈਂ ਤਾਂ ਘੱਟਣਾ ਅੰਦਰ ਜਾਊਗਾ। ਹਾਂਜੀ ਬੂਆ ਖੋਲਦਾ ਇੱਧਰ, ਸ਼ਾਹ ਬਹਾਦਰ ਨੇ ਇਹ ਜਿਹਾ ਸਮੈਕਣ ਸਮੈਕ ਸੈਂਡ, ਇਹ ਸ਼ੀਸ਼ਾ ਥੋੜ੍ਹਾ ਚੌਲਾ ਪੀਸ ਹੋਵੇ ਅਤੇ ਫਿਰ ਇਹ ਕਟਿੰਗ ਬੜੇ ਆਸਾਨੀ ਨਾਲ ਹੋ ਜਾਂਦਾ, ਪੂਰਾ ਪੂਰਾ ਪੀਸ ਲਾ ਜਾਣਾ, ਛੋਟਾ ਲੀਕ ਵੱਜੀ ਜਾਣਾ ਇਹ, ਹੁਣ ਇੱਦਾਂ ਇਹ ਛੋਟਾ ਪੂਰਾ ਪੂਰਾ ਬਣ ਕੇ ਨਿਕਲਣਾ ਇਹਦੇ ਨਾਲ। ਕਹਿੰਦੇ ਲੋਕੀ ਦੱਸੋ ਹੈ, ਬੋਲਦੇ ਨੀ ਚੰਗੀ ਤਰ੍ਹਾਂ, ਕੱਚ ਇਕੱਠਾ ਕਰੋ ਹੱਥ ਚ ਨਾ ਮਰਵਾ ਲਿਓ। ਇਹ ਕੰਧਾਂ ਤੇ ਲਾ ਰਹੀ ਹੈ, ਕੰਧਾਂ ਤੇ ਕੌਣ ਲਾਉਂਦਾ ਕੱਚ, ਲੰਦੇ ਲੰਘੇ ਟਾਈਮ। ਚਲੋ ਵਧੀਆ ਤਾਂ, ਕਈ ਕਈ ਕਹਿੰਦੇ ਫਰਸ਼ ਤੇ ਨੇਰੂ ਪਾ ਲਓ, ਪਾ ਲੈਣੇ ਨੇਰੂ ਵੀ ਮੈਂ। ਸਾਨੂੰ ਹਾਲ ਦੱਸੇ ਕੋਈ, ਸਾਡਾ ਫਰਸ਼ ਬਹੁਤ ਜ਼ਿਆਦਾ ਖਰਾਬ ਹੈ, ਮਿੱਟੀ ਉੜਦੀ, ਨੇਰੂ ਪਾਉਣਾ ਪੈਣਾ, ਪਲੱਸਤਰ ਕਰਾਓਗੇ, ਹੱਲ ਹੋਣਾ ਤੇਰੇ, ਹੱਲ ਹੋਦਾ ਨਹੀਂ ਨਹੀਂ
ਮਤਲਬ ਕਿ ਖਰਚਾ ਨਾ ਲੱਗੇ ਤੇ ਆਪ ਹੀ ਅਸੀਂ ਕਰ ਲਈਏ, ਕੋਈ ਇੱਦਾਂ ਦਾ ਕੋਈ ਹੱਲ ਹੋ ਜੇ ਥੋੜ੍ਹਾ ਬਹੁਤ, ਆਪ ਵੀ ਤਾਂ ਬੰਦਾ ਹੱਲ ਕਰ ਹੀ ਲੈਂਦਾ ਫਰਸ਼ ਦਾ ਮਾੜਾ ਮੋਟਾ। ਡਸਟਬੀਨ ਵੀ ਦੱਸਿਆ ਸੀ ਵੱਡਾ ਰੱਖੀਏ ਕਿ ਨਿੱਕਾ ਠੀਕ, ਇਹ ਕਹਿੰਦੇ ਡਸਟਬੀਨ ਹੋਰ ਛੋਟਾ ਲਿਆ ਕੇ ਰੱਖਣਾ ਜਾਓ, ਇਹ ਵੱਡਾ ਚਾਹੀਦਾ ਬੋਲਦੇ ਨੀ, ਡਸਟਬੀਨ ਵੱਡਾ ਨੀ ਮਿਲਦਾ। ਲਾਈਟ ਹੀ ਬੰਦ ਹੋ ਗਈ ਯਾਰ, ਮਿਲਦਾ ਮਿਲਦਾ ਕਿਉਂ, ਕਿੱਥੇ ਚੱਲੇ ਹੋ ਸੈਰ ਕਰਨ? ਕੰਮ ਕਰਨੇ ਬੱਤੀ ਨਹੀਂ ਆਉਂਦੀ ਲਾਈ ਉੱਪਰੇ ਵੀਰ, ਸ਼ੀਸ਼ਾ ਲਾ ਗਿਆ ਨਹੀਂ ਨਹੀਂ ਸੇ ਲੱਗਾ, ਕਾਲਾ ਲਵਾਤਾ ਜੀ, ਉਹ ਕਾਲਾ ਥੋੜੀ ਹੁਣ ਹਨੇਰਾ ਵਾ ਅੰਦਰ ਤੇ ਕਾਲੇ ਲੱਭਣਾ, ਚਿੱਟੇ ਲਵਾਏ ਸ਼ੀਸ਼ੇ ਸਾਰੇ। ਲਾਈਟ ਬੰਦ ਤੇ ਆਪਾਂ ਬਾਹਰ ਖਲੋਤੇ ਆ, ਕੀ ਕਹਿੰਦੇ ਆ ਕੋਠੇ ਝੋਣਾ ਵਾ ਤੇ ਅੱਜ ਫਿਰ ਗੱਡੀ ਬਾਹਰ ਹੀ ਲੱਗੀ ਰਹਿਣੀ ਆਪਣੀ ਤਕਰੀਬਨ ਲੱਗਦਾ, ਕਿਉਂਕਿ ਗੱਡੀ ਅੰਦਰ ਅੱਜ ਮੁਸ਼ਕਿਲ ਹੀ ਲੱਗਣੀ। ਆ ਸਮਾਨ ਲਿਆ ਕੇ ਇੱਥੇ ਰੱਖਤਾ, ਪਾਣੀ ਪਾ ਕੇ ਚੈੱਕ ਕਰਦੇ ਵਧੀਆ ਦੇਖ ਲੁੱਕ ਤੇ ਟੂਟੀ ਟਾਟੀ ਇਹਦੀ ਸਰਦਾ ਪਿਆ, ਸ਼ੀਸ਼ਾ ਕਰਤਾ ਫਿਕਸ ਆਪਾਂ। ਹਾਂਜੀ ਕੀ ਲੈਣਾ ਇਹਦੇ ਵਿੱਚੋਂ? ਉੱਥੇ ਲੈ ਜਾਂਦਾ ਵਾ ਅੰਦਰ, ਆਹ ਘਾਹ ਵੀ ਲਿਆਂਦਾ ਵਾ ਕੂਲਰ ਦਾ ਵੀ ਪਾਉਣਾ ਵਾ ਅੱਜ, ਟਾਈਮ ਹੋ ਗਿਆ 11 ਵੱਜ ਚੁੱਕੇ ਆ ਅਤੇ ਆਹ ਆਪਾਂ ਸਵੇਰੇ ਕਰਾਂਗੇ, ਹੁਣ ਇਹ ਹੁਣ ਨਹੀਂ ਹੋਣਾ, ਟਾਈਮ ਵਾਲਾ ਹੋ ਗਿਆ ਲੈ ਸਰਦਾ ਕੱਢ ਰਹੇ ਨੇ। ਲੈ ਵੀ ਆ ਲੈਂਦਾ ਸੀ ਵਾਟਰ ਕੂਲਰ ਛੋਟਾ ਜਿਹਾ, ਇਹਨੂੰ ਕਰਾਂਗੇ ਵਾਸ਼ ਪਹਿਲਾਂ, ਇੱਥੋਂ ਵਾਸ਼ ਕਰਕੇ ਫਿਰ ਮੈਂ ਰੱਖਾਂਗਾ ਉੱਧਰ ਇਹਦੇ ਕਰਨ। ਕੀ ਗੱਲ ਹੱਸਣ ਡੇ ਇਹਨੂੰ, ਕੀ ਹੋਇਆ? ਇਹਨੂੰ ਵਾਸ਼ ਕਰਨਾ, ਵਾਸ਼ ਕਰਕੇ ਆਓ ਫਿਰ ਆ ਦਿੰਦੇ ਹਾਂ, ਬੰਦਾ ਪਾਣੀ ਧਾਣੀ ਪੀ ਲੈਂਦਾ ਨਹੀਂ। ਚਲੋ ਹਾਂ ਬੂਟਾ ਵਿੱਚ ਲਾ ਲਾ ਕੇ ਕੁੱਕਰ ਫਿਲਟਰ 'ਚ ਪਾਣੀ ਮਾਰ ਭਰ ਲਈਏ, ਹੱਸਣਾ ਨਹੀਂ ਗਾ ਮੈਂ, ਅੱਜ ਬਰਫ਼ ਪਾਉਣ ਡਿਆ ਕਿੰਨਾ ਹੱਸਣ ਡਈ ਆ, ਮੈਂ ਅੱਜ ਬਰਫ਼ ਪਾਉਣ ਡਿਆ ਕਿੰਨਾ ਹੱਸਣ ਡਈ ਆ, ਮੁੜ ਕੇ ਠੰਡਾ ਪਾਣੀ ਦੋਵੇਂ ਪੀਣਾ ਇਹਦੇ 'ਚੋਂ ਸਾਰੀ ਮੇਰੇ ਕੋਲ ਢਿੱਲੇ ਹੋਣ ਕੱਢ ਕੇ ਵਿੱਚ ਇਹਨੂੰ ਹੱਸੀ ਜਾਣਾ ਵਧੀਆ ਬੜਾ। ਲੈ ਵੀ ਟੱਕੂ ਲਾ ਤਾ ਅਤੇ ਕਿਉਂ ਕਰ ਗੱਲ ਹੁਣ, ਹੈਂ ਬਹੁਤ ਵਧੀਆ ਪਾਣੀ ਦੇ ਵਿੱਚੋਂ ਪੀਣਾ ਹੁਣ ਤਾਂ ਦੰਦ ਕੱਢਦੀਆਂ ਨਾ ਵੇਖੀ ਸਹੀ, ਅਤੇ ਮੈਂ ਉਹਨਾਂ ਚਿਰ ਉਹ ਜਾਲੀਆਂ ਪਈਆਂ ਉਹਦੀਆਂ, ਮੈਂ ਉਹਨਾਂ ਚਿਰ ਇਹ ਕਰਦਾ ਗਿਆ ਕੂਲਰ ਦੀਆਂ ਜਾਲੀਆਂ ਬਦਲ ਦਿੰਦਾ, ਬਦਲ ਦੀਆਂ ਕੀ ਲਾ ਦਿੰਦੇ ਨਵੀਆਂ ਕਿ ਉਹ 'ਚ ਤਾਂ ਹੈ ਹੀ ਨਹੀਂ ਗੀਆਂ, ਵੈਸੇ ਕੱਲ੍ਹ ਪਰਸੋਂ ਦੀਆਂ ਇੱਦਾਂ ਚਲਣ ਡਿਆ। ਆਹ ਕੂਲਰ ਆਪਣਾ ਗਾਂ ਬਾਹਰ ਲੈ ਆਉਂਦੇ ਕੱਢ ਕੇ, ਘੱਟਾ ਹੀ ਬੜਾ ਪਿਆ ਉਹ, ਚਲੋ ਕੋਈ ਹੋਰ ਕਰ ਦਿਓ ਕਰ ਦਿਓ, ਇਹਦਾ ਉਹ ਲਿਆਉਣ ਵਾਲਾ ਹੀ ਹੈਨਾ ਹਾਲ ਹੈ ਕੂਲਰ ਦਾ, ਘਾ ਕੇ ਕੀ ਬੋਲਦੇ ਇਹਨੂੰ।
ਤੇ ਆਪ ਹੀ ਲਾਉਂਦੇ ਪਏ ਨੇ ਘਰੇ ਲਿਆ ਲਿਆਂਦਾ ਸੀ। ਅਸੀਂ ਗਏ ਮਾਰਕੀਟ, ਫਿਰ ਰਸਤੇ ਵਿੱਚ ਲੈ ਕੇ ਆਏ ਹੁੰਦੇ ਟਾਈਮ। ਏਸੀ ਵੀ ਹੁਣ ਹਟ ਕੇ ਲਵਾਵਾਂਗੇ, ਅੱਗੇ ਖਰਚਾ ਬਹੁਤ ਜ਼ਿਆਦਾ ਹੋ ਗਿਆ। ਹੁਣ ਏਸੀ ਦੀ ਵੀ ਜ਼ਰੂਰਤ ਆ, ਪਰ ਹੈ ਨਾ ਹਟ ਕੇ ਲਵਾਉਣਾ ਅਜੇ ਦੋ ਤਿੰਨ ਮਹੀਨੇ ਰੁਕ ਕੇ। ਹਾਂਜੀ ਬਾਰਿਸ਼ ਬਹੁਤ ਜ਼ਿਆਦਾ ਹੋ ਗਈ ਹੁੰਦੇ ਟਾਈਮ ਤੇ, ਬਹੁਤ ਜ਼ਿਆਦਾ ਹੋ ਗਈ। ਨਹੀਂ ਤਾਂ ਹੋਰ ਥੋੜ੍ਹਾ ਬਹੁਤ ਸਮਾਨ ਲੈਣਾ ਸੀਗਾ ਹੈ ਨਾ। ਇੱਧਰ ਬਾਬਾ ਜੀ ਦੀ ਬਾਣੀ ਚੱਲਦੀ ਪਈ ਹੈ। ਜਾਲੀਆਂ ਕਰਤੀਆਂ ਫਿੱਟ ਤਿੰਨੋਂ ਸਾਈਡ ਦੀਆਂ। ਚਲੋ ਇਹਨੂੰ ਵੀ ਟਾਈਮ ਕਾਫੀ ਲੱਗ ਗਿਆ। ਚਲੋ ਵੀ ਹੁਣ ਆਪਾਂ ਹੋ ਗਏ ਵਿਹਲੇ, ਸ਼ੀਸ਼ੇ ਦੇ ਵਿੱਚ ਵੇਖੋ ਲੈਟ ਲੱਭਣ ਡਈ ਆ। ਤੜਕਾ ਲਾ ਦਈਏ ਦਾਲ ਨੂੰ। ਦਾਲ ਧਰੀ? ਹਾਂਜੀ। ਚਲੋ ਹੈਲੋ ਜੀ, ਮੈਂ ਲਵਾਂਗਾ ਹੁਣ ਤੜਕਾ, ਡਿਊਟੀ ਬਦਲ ਗਈ ਸਾਡੀ। ਇਹਦਾ ਔਖਾ ਹੋ ਗਿਆ, ਇਹ ਲਵਾ ਦੇਣਾ ਯਾਰ, ਬੜੇ ਦਿਨਾਂ ਦਾ ਹੋਣ ਡਿਆ ਕੰਮ ਹੈ। ਬਹਿ ਕੇ ਭਾਂਡੇ ਮਾਂਜਣੇ ਥੋੜ੍ਹੇ ਔਖੇ ਆ। ਚਲੋ ਕੋਈ ਨਹੀਂ। ਲੈ ਜੀ, ਬਾਹਰ ਕਿੰਨਾ ਵੇਖ ਨੇਰ ਖਾਨਾ ਵਗਣ ਡਿਆ, ਲੈਟ ਹੋ ਗਈ ਸਾਡੀ ਬੰਦ। ਬੈਠੇ ਕਿਉਂ ਜੀ? ਫੋਨ ਦੀ ਲਾਈਟ ਜਗਾਈ ਆ ਫਿਲਹਾਲ। ਚਲੋ ਕੋਈ ਨਹੀਂ।